ਪਾਕਿਸਤਾਨ ਦਾ ਬਾਰਡਰ ਹੋਵੇ। ਸੋ ਇਹ ਬਹੁਤ ਮੰਦਭਾਗਾ, ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ, ਔਰ ਉਸ ਤੋਂ ਵੀ ਵੱਧ ਕੇ ਜਿਹੋ ਜਿਹੀ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ, ਉਹਨਾਂ ਨੂੰ ਮਜਬੂਰੀ ਵੱਸ ਦਿੱਲੀ ਵੱਲ ਚਾਲੇ ਪਾਉਣੇ ਪਏ। ਅਤੇ ਫਿਰ ਉਸ ਤੋਂ ਬਾਅਦ ਪੰਜਾਬ ਔਰ ਹਰਿਆਣੇ ਦਾ ਬਾਰਡਰ ਤਾਂ ਐਂ ਬਣਾ ਦਿੱਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੋਵੇ। ਸੋ ਇਹ ਬਹੁਤ ਮੰਦਭਾਗਾ, ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ, ਔਰ ਉਸ ਤੋਂ ਵੀ ਵੱਧ ਕੇ ਜਿਹੋ ਜਿਹੀ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ, ਉਹ ਕਿਸਾਨ ਭਰਾਵਾਂ ਦੇ ਉੱਪਰ, ਨਿਰਦੋਸ਼ ਲੋਕਾਂ ਦੇ ਉੱਪਰ ਵਰਤੀ ਜਾ ਰਹੀ ਹੈ। ਡਰੋਨ ਦੇ ਨਾਲ ਅਥਰੂ ਬੰਬ ਸੁੱਟੇ ਜਾ ਰਹੇ ਨੇ, ਗੋਲੀਆਂ ਚਲਾਈਆਂ ਜਾ ਰਹੀਆਂ ਨੇ, ਐਂ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ। ਜਿਹੋ ਜਿਹੇ ਕੇਂਦਰ ਸਰਕਾਰ, ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੀ, ਇਹਦੀ ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ। ਸਰਕਾਰੀ ਲੈਵਲ ਤੇ ਕੀ ਕਰਦੀ ਹੈ ਸਰਕਾਰ? ਮੈਂ ਉਹੀ ਦੱਸ ਰਿਹਾ ਜੀ ਤੁਹਾਨੂੰ, ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਡਾਇਲੋਗ, ਕੀ ਗੱਲਬਾਤ ਹੋਵੇ। ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਕੇਂਦਰ ਦੇ 3 ਮੰਤਰੀ, ਉਹ ਮਾਨ ਸਾਹਿਬ ਨੇ, ਸੀਐਮ ਸਾਹਿਬ ਨੇ ਬੁਲਾਏ, ਮੈਨੂੰ ਭੇਜਿਆ, ਬਲਕਿ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੈਂ ਉਹਨਾਂ ਨੂੰ ਰਿਸੀਵ ਕੀਤਾ ਅਤੇ ਮੀਟਿੰਗ ਉਹਨਾਂ ਦੇ ਨਾਲ ਸੀਐਮ ਸਾਹਿਬ ਨੇ ਕੀਤੀ। ਫਿਰ ਪਰਸੋਂ ਦੁਬਾਰਾ ਮੀਟਿੰਗ ਵਾਸਤੇ ਉਹ ਬੁਲਾਏ ਗਏ, ਪਰ ਹੁਣ ਇਹ ਮੰਗਾਂ ਉਹ ਨੇ ਜਿਹੜੀਆਂ ਕੇਂਦਰ ਨਾਲ ਸਿੱਧੇ ਤੌਰ 'ਤੇ ਸੰਬੰਧਿਤ ਨੇ। ਪੰਜਾਬ ਸਰਕਾਰ ਤਾਂ, ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਹਾਂ ਕਿ ਉਹ ਮੰਗਾਂ ਮਨਵਾਈਏ, ਪਰ ਉਹ ਨਹੀਂ ਮੰਨ ਰਹੇ ਹੈਗੇ। ਅਤੇ ਉਸ ਤੋਂ ਬਾਅਦ ਜਦੋਂ ਕੱਲ੍ਹ ਹਾਲਾਤ ਬਾਰਡਰਾਂ ਦੇ ਉੱਪਰ ਵਿਗੜ ਗਏ, ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਹੈਲਥ ਅਫੀਸ਼ਲਸ ਨੂੰ ਸਖ਼ਤ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਕਿਸਾਨ ਵੀਰਾਂ ਨੂੰ, ਉਹਨਾਂ ਨੂੰ ਪੂਰਾ ਫੈਸਿਲੀਟੇਟ ਕੀਤਾ ਜਾਵੇ, ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ। ਜੇ ਕੋਈ ਫੱਟੜ ਹੋ ਜਾਂਦਾ ਹੈ ਤਾਂ ਉਹਦਾ ਪੂਰਾ ਖਿਆਲ ਹੈ ਜਿਹੜਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਰੱਖਿਆ ਜਾਵੇ। ਪੰਜਾਬ ਸਰਕਾਰ ਤਾਂ ਇਹੀ ਕੰਮ ਕਰ ਸਕਦੀ ਹੈ, ਹੁਣ ਆਪਦੀ ਟੈਰੀਟਰੀ ਦੇ ਅੰਦਰ ਵੜਨ ਦੇਣਾ ਜਾਂ ਨਹੀਂ ਵੜਨ ਦੇਣਾ, ਇਹ ਤਾਂ ਹਰਿਆਣਾ ਦਾ ਡਿਸੀਜਨ ਹੈ, ਜੋ ਕਿ ਗਲਤ ਹੈ ਉਹਨਾਂ ਦਾ। ਇਸ ਤਰੀਕੇ ਨਾਲ ਜਿਹੜੇ ਬੈਰੀਕੇਡ ਨੇ, ਇਸ ਤਰੀਕੇ ਨਾਲ ਹੱਦਾਂ ਨੇ ਜਿਹੜੀਆਂ, ਸੀਲ ਨਹੀਂ ਕਰਨੀਆਂ ਚਾਹੀਦੀਆਂ ਸੀਗੀਆਂ। ਸਰ, ਤੁਸੀਂ ਟੈਰੀਟਰੀ ਦੀ ਗੱਲ ਕੀਤੀ ਹੈ, ਹਰਿਆਣਾ ਪੁਲਿਸ ਵੱਲੋਂ ਆਸੂ ਗੈਸ ਐਕਸ਼ਨ ਲਈ? ਨਹੀਂ, ਲਏਗੀ ਜੀ, ਡੈਫੀਨੇਟਲੀ ਲਏਗੀ। ਹੁਣ ਜੇ ਜਿੱਥੇ ਕਿਤੇ ਵੀ ਵਾਇਲੇਸ਼ਨ ਕਰਨਗੇ ਉਹ ਸਾਡੀ ਟੈਰੀਟਰੀ ਦੇ ਵਿੱਚ ਆ ਕੇ, ਉਹਦੇ ਉੱਪਰ ਡੈਫੀਨੇਟਲੀ ਕੋਈ ਨਾ ਕੋਈ ਜਿਹੜਾ ਸਖ਼ਤ ਐਕਸ਼ਨ ਹੈ ਜਿਹੜਾ ਉਹ ਲਿਆ ਜਾਏਗਾ, ਕਿਉਂਕਿ ਕੱਲ੍ਹ ਮੀਡੀਆ ਦੀਆਂ ਗੱਡੀਆਂ ਵੀ ਕਈ ਨੁਕਸਾਨੀਆਂ ਗਈਆਂ ਮੀਡੀਆ। ਮੈਂ ਉਹੀ ਕਹਿ ਰਿਹਾ ਨਾ ਜੀ, ਇਹ ਤਾਂ ਟੋਟਲੀ ਗਲਤ ਹੈ। ਇਹ ਤਾਂ ਜਿਵੇਂ ਜੰਗਲ ਰਾਜ ਹੁੰਦਾ ਹੈ, ਅਨਾਰਕੀ ਹੁੰਦੀ ਹੈ, ਹਰਿਆਣਾ ਸਰਕਾਰ ਉਸ ਤਰੀਕੇ ਨਾਲ ਡੀਲ ਕਰ ਰਹੀ ਹੈ। ਐਜੀਟੇਸ਼ਨਾਂ ਦੁਨੀਆਂ ਦੇ ਵਿੱਚ ਹੀ ਹੋ ਰਹੀਆਂ ਨੇ, ਪਰ ਇਹ ਕੋਈ ਤਰੀਕਾ ਨਹੀਂ ਹੈ ਵੀ ਤੁਸੀਂ ਇੰਨੀ ਐਕਸੈਸਿਵ ਫੋਰਸ ਤੁਸੀਂ ਵਰਤੋਂ ਕਿ ਡਰੋਨਾਂ, ਕਦੇ ਘਰਾਂ ਦੇ ਵਿੱਚ ਡਰੋਨਾਂ, ਹਿੰਦੁਸਤਾਨ ਇੱਕ ਘਰ ਹੈ, ਘਰਾਂ ਦੇ ਵਿੱਚ ਡਰੋਨਾਂ ਯੂਜ਼ ਹੁੰਦੀਆਂ ਕਦੇ ਦੇਖੀਆਂ ਸੀਗੀਆਂ? ਤਾਂ ਕਮਾਲੀ ਕਰ ਰੱਖੀ ਇਹਨਾਂ ਨੇ, ਸੋ ਬਹੁਤ ਗਲਤ ਹੋ ਰਿਹਾ।